ਸਤਿ ਸ਼੍ਰੀ ਅਕਾਲ ਦੋਸਤੋ, ਦਾਸ ਗੁਰਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ ਯੂਟਿਊਬ ਚੈਨਲ ਦਸਤਾਰ ਸਿਰਾ ਤੇ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆ ਫ੍ਰੀ ਸਟਾਈਲ ਟਰਬਨ ਦੀ ਵੀਡੀਓ, ਜਿਹੜੀ ਕਿ ਤੁਸੀਂ ਸਕੂਲ ਨੂੰ ਜਾਣ ਲੱਗੇ ਜਾਂ ਕਾਲਜ ਜਾਣ ਲਈ ਜਾਂ ਕਿਤੇ ਹੋਰ ਰਿਸ਼ਤੇਦਾਰੀ ਜਾਂ ਵਿਆਹ ਸ਼ਾਦੀ ਵਿੱਚ ਜਾਣ ਲਈ ਆਸਾਨੀ ਨਾਲ ਕੁਛ ਇਹ ਸਮੇਂ ਦੇ ਵਿੱਚ ਬਣ ਸਕਦੇ ਹੋ। ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇਸ ਦਸਤਾਰ ਦੀ ਵੀਡੀਓ ਲੈ ਕੇ ਆਏ ਆ। ਸੋ ਵੀਰ ਜਿਹੜੇ ਸਿੱਖਣਾ ਚਾਹੁੰਦੇ ਨੇ ਉਹ ਵੀਡੀਓ ਨੂੰ ਪੂਰੀ ਦੇਖਣ, ਅਤੇ ਜਿਨ੍ਹਾਂ ਵੀਰਾਂ ਨੇ ਸਾਡੇ ਚੈਨਲ ਦਸਤਾਰ ਸਿਰ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਕੀਤਾ ਹੈ ਉਹਨਾਂ ਵੀਰਾਂ ਦਾ ਧੰਨਵਾਦ। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਥੱਲੇ ਸਬਸਕ੍ਰਾਈਬ ਬਟਨ ਦੱਬਣਾ ਨਾ ਭੁੱਲਿਓ ਅਤੇ ਬੈਲ ਆਈਕਨ ਨੂੰ ਨਾ ਭੁੱਲਿਓ ਤਾਂ ਜੋ ਸਾਡੀਆਂ ਫਿਊਚਰ 'ਚ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਇਸ ਦਸਤਾਰ ਦੀ ਲੈਂਥ 7.5 ਮੀਟਰ ਹੈ ਜੀ। ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕੰਨੀ ਨੂੰ ਸੈਂਟਰ 'ਚੋਂ ਲਿਆਵਾਂਗੇ ਅਤੇ ਪਿਛਲੀ ਕੰਨੀ ਨੂੰ ਬਾਹਰ ਕੱਢ ਲਾਂਗੇ। ਬਾਹਰ ਕੱਢਣ ਤੋਂ ਬਾਅਦ ਇਸ ਪ੍ਰਕਾਰ ਆਪਾਂ ਕੰਨੀ ਦੇ ਵੱਟ ਬਣਾਵਾਂਗੇ। ਚੂੰਡੀਆਂ ਵੱਢ ਵੱਢ ਕੇ ਵੱਟ ਤਿਆਰ ਕੀਤੇ ਜਾਣਗੇ। ਸਾਰੇ ਵੱਟਾਂ ਨੂੰ ਇੱਕ ਤਹਿ ਦੇ ਅਨੁਸਾਰ ਮੂਹਰੇ ਇਕੱਠੇ ਕਰ ਲੈਣਾ ਅਤੇ ਪਿੱਛੇ ਆ ਕੇ ਉਹ ਨਿਕਲਣਗੇ, ਜਿੱਦਾਂ ਕਿ ਹੋਰ ਪੱਗਾਂ ਦੇ ਵਿੱਚ ਲੜ ਨਿਕਲਦੇ ਹੁੰਦੇ ਨੇ ਜੀ। ਇੱਥੇ ਆ ਕੇ ਸਾਰੇ ਵਾਲਾਂ ਨੂੰ ਜਿਹੜੇ ਅੰਦਰ ਚਾ ਚੁੱਕੇ ਨੇ ਉਹਨਾਂ ਨੂੰ ਬਾਹਰ ਕੱਢ ਲੈਣਾ ਜੀ। ਸੋ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਹਾਨੂੰ ਸਾਰੀ ਪੱਗ ਦੇ ਸਟੈਪ ਪਤਾ ਲੱਗ ਸਕਣ। ਅੱਧੀ ਅੱਖ ਅੱਧੀ ਗੱਲ ਅਤੇ ਕੰਨ ਦੇ ਥੱਲੇ ਨੂੰ ਇਹ ਲੜ ਆਪਾਂ ਪਹਿਲਾਂ ਲਾਵਾਂਗੇ ਤਾਂ ਜੋ ਆਪਣਾ ਜਿਹੜਾ ਲਾੜਾ ਖਿਸਕੇ ਨਾ। ਜੇਕਰ ਆਪਾਂ ਇਹਨੂੰ ਪਹਿਲਾਂ ਹੀ ਪੂਰਾ ਰੱਖ ਲਵਾਂਗੇ ਤਾਂ ਇਹ ਖਿਸਕ ਕੇ ਆਪਣੀ ਜਗ੍ਹਾ ਤੋਂ ਬਹੁਤ ਉੱਤੇ ਚਲੇ ਜਾਵੇਗਾ। ਸੋ ਬਾਅਦ ਵਿੱਚ ਆਪਾਂ ਨੇ ਪਹਿਲੀ ਕੰਨੀ ਨੂੰ ਖਿੱਚ ਕੇ ਪੂਣੀ ਦੀ ਸਫਾਈ ਕਰ ਲੈਣੀ ਆ ਅਤੇ ਆਹ ਕੰਨੀ ਨੂੰ ਉੱਤੇ ਚੱਕ ਦੇਣਾ। ਬਾਅਦ ਵਿੱਚ ਉਰੇ ਸਫਾਈ ਕਰ ਲੈਣੀ ਆ ਤਾਂ ਜੋ ਆਪਣੇ ਉੱਪਰ ਵਾਲੇ ਲੜ ਮੋਟੇ ਹੋ ਸਕਣ। ਸੈਂਟਰ ਦੇ ਵਿੱਚੋਂ ਲੜ ਲੈ ਕੇ ਜਾਣਾ। ਇਹ ਸਿਰਫ ਤੁਹਾਨੂੰ ਦਿਖਾਉਣ ਲਈ ਇੰਨਾ ਕੁ ਬਣਾਇਆ ਗਿਆ ਵੀ ਸੈਂਟਰ 'ਚੋਂ ਐਂ ਲੈ ਕੇ ਆਉਣਾ। ਪਿੱਛੋਂ ਸਫਾਈ ਕਿਵੇਂ ਕਰਨੀ ਆ ਸੋ ਆਪਾਂ ਬਾਅਦ ਨਾਲ ਬਾਅਦ ਵਿੱਚ ਦੱਸਾਂਗੇ। ਪਹਿਲਾਂ ਪਹਿਲੀ ਕੰਨੀ ਚੱਕਣਾ, ਬਾਅਦ ਵਿੱਚ ਜਿਹੜੀ ਥੱਲੋਂ ਕੰਨੀ ਕੱਢੀ ਆ ਉਹਨੂੰ ਚੱਕਣਾ। ਚੂੰਡੀਆਂ ਵੱਢ ਵੱਢ ਕੇ ਕਿਸੇ ਵੀ ਬੰਦੇ ਨੇ ਉਰੇ ਫੋਲਡ ਨਹੀਂ ਕਰਨਾ ਸੋ ਆਪਣੇ ਦੂਜੇ ਹੱਥ ਦੀ ਮਦਦ ਨਾਲ ਇਹਨੂੰ ਉਰੇ ਟਿਕਾਉਣਾ, ਸ਼ੇਪ ਨੂੰ ਅੰਦਰ ਫੋਲਡ ਨਹੀਂ ਕਰਨਾ, ਉੱਪਰੋਂ ਫੋਲਡ ਕਰਨਾ ਨਹੀਂ ਭੁੱਲਣਾ ਪੱਗ ਦੀ ਸ਼ੇਪ, ਤਾਂ ਜੋ ਸਹੀ ਆ ਸਕੇ। ਅੰਦਰ ਬੜੇ ਲੜਾਂ ਨੂੰ ਸਾਰੇ ਬਲਾਂ ਨੂੰ ਬਾਹਰ ਕੱਢ ਲੈਣਾ ਜੀ। ਸਾਰੇ ਬਲ ਬਾਹਰ ਕੱਢ ਲੈਣੇ ਪਿੱਛੇ ਅਤੇ ਮੂਹਰੇ ਜਿਹੜੇ ਬਲ ਨਿਕਲਦੇ ਇੱਕ ਜਗ੍ਹਾ 'ਤੇ ਨਿਕਲਣੇ ਚਾਹੀਦੇ ਨੇ। ਫਿਰ ਆਪਾਂ ਪਿੱਛੇ ਨੂੰ ਲਿਜਾਣ ਲਈ ਲੜ ਮੋਟਾ ਕਰਨ ਲਈ ਆਪਾਂ ਪਹਿਲੀ ਕੰਨੀ ਖਿੱਚ ਲਾਂਗੇ ਪੂਣੀ ਦੀ ਅਤੇ ਅੰਦਰ ਵਾਲੀ ਕੰਨੀ ਨੂੰ ਉੱਪਰ ਚੱਕ ਦਾਂਗੇ ਤਾਂ ਜੋ ਜਿਹੜਾ ਆਪਣਾ ਉੱਪਰ ਵਾਲਾ ਲਾੜਾ ਜਿਹੜਾ ਆਪਾਂ ਉੱਪਰ ਲਾਉਣਾ ਜਿਹੜੇ ਪਿੱਛੇ ਸਾਈਡ ਪਿਛਲੀ ਸਾਈਡ ਬੈਕ ਸਾਈਡ ਦਿਖਦੇ ਨੇ ਉਹ ਮੋਟੇ ਆ ਸਕਣ। ਸੋ ਇਹਨੂੰ ਆਪਾਂ ਨੇ ਇੱਕ ਉਂਗਲ ਪਹਿਲਾਂ ਵਾਲੇ ਲੜ ਤੋਂ ਥੱਲੇ ਰੱਖਣਾ, ਬਾਕੀ ਲੜ ਵੀ ਇੱਕ ਉਂਗਲ ਥੱਲੇ ਜਾਂਦੇ ਰਹਿਣਗੇ ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ। ਬਾਜ ਦੀ ਮਦਦ ਨਾਲ ਦੀ ਸਫਾਈ ਕਰੀ ਜਾਇਓ ਜੀ, ਤੁਹਾਡੀ ਸ਼ੇਪ ਵਧੀਆ ਆ ਜਾਵੇਗੀ। ਬਾਅਦ ਵਿੱਚ ਫਿਰ ਆਪਾਂ ਸਿੰਪਲ ਦਫਤਾਰ ਥੱਲਿਓਂ ਪਹਿਲਾਂ ਕੰਨੀ ਕੱਢ ਲੈਣੀ ਆ, ਫਿਰ ਪਹਿਲੀ ਕੰਨੀ ਉੱਪਰ ਚੱਕ ਲੈਣੀ ਆ, ਫਿਰ ਥੱਲੀ ਕੰਨੀ ਦੇ ਵੱਟ ਬਣਾਉਣੇ ਨੇ। ਥੱਲੀ ਕੰਨੀ ਚੂੰਡੀਆਂ ਵੱਢ ਕੇ ਐਂ ਵੱਟ ਬਣਾ ਲੈਣੇ ਆ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ। ਇਹਨੂੰ ਟਿਕਾ ਦੇਣਾ, ਅੰਦਰ ਨੂੰ ਫੋਲਡ ਨਹੀਂ ਕਰਨਾ ਜਿਵੇਂ ਆਪਾਂ ਪਟਿਆਲਾ ਸ਼ੀ ਪੱਗ ਦੇ ਵਿੱਚ ਕਰਦੇ ਹਾਂ।
ਇਹਨੂੰ ਉੱਥੇ ਟਿਕਾ ਦੇਣਾ। ਜ਼ਿਆਦਾਤਰ ਵੀਰਾਂ ਦੀ ਇਹੀ ਪ੍ਰੋਬਲਮ ਆਉਂਦੀ ਆ ਵੀ ਉਹ ਅੰਦਰ ਨੂੰ ਫੋਲਡ ਕਰ ਦਿੰਦੇ ਆ ਮੂਹਰੇ ਤੋਂ, ਅਤੇ ਉਹਨਾਂ ਦੇ ਵੱਟਾਂ ਜਿਹੜੇ ਉਹ ਪੈ ਨਹੀਂ ਰਹੇ ਸਹੀ ਢੰਗ ਨਾਲ। ਵੀਰੇ ਅੰਦਰ ਉੱਪਰੋਂ ਫੋਲਡ ਨਹੀਂ ਕਰਨਾ ਹੈਗਾ, ਪਟਿਆਲਾ ਸ਼ੀ ਪੱਗ ਵਾਂਗ ਉੱਥੇ ਟਿਕਾਉਣਾ ਹੈ ਬਸ ਉਹਨੂੰ। ਸ਼ੇਪ ਦੂਏ ਹੱਥ ਨਾਲ ਟਿਕੂਗਾ, ਉਹ ਡਾਇਰੈਕਸ਼ਨ ਨਾਲ ਦੂਏ ਹੱਥ ਕਿਵੇਂ ਆਪਾਂ ਡਾਇਰੈਕਸ਼ਨ ਲੈ ਕੇ ਜਾਣਾ। ਅਤੇ ਆਹ ਜਿਹੜਾ ਕਲੜ ਲਾਉਣਾ ਆਪਾਂ ਥੋੜ੍ਹਾ ਖੋਲ੍ਹ ਕੇ ਲਾਉਣਾ, ਅਤੇ ਪਿੱਛੇ ਜਿਹੜੇ ਵੱਟ ਅੰਦਰ ਗਏ ਨੇ ਸਾਰੇ ਬਾਹਰ ਕੱਢ ਲੈਣੇ ਆ। ਜਿਹੜਾ ਵੇਫ ਆ ਇਹਦਾ ਜੀ, ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਕੀਤਾ ਗਿਆ, ਅਤੇ ਨਾਲ ਦੀ ਨਾਲ ਪੂਣੀ ਨੂੰ ਸੈੱਟ ਕਰ ਕਰਕੇ ਕੰਨੀ ਜਿਹੜੀ ਲਾਉਣੀ ਆ ਆਪਾਂ ਨੇ ਉੱਪਰ ਚਾੜ ਦੇਣੀ ਆ। ਮੈਂ ਤੁਹਾਨੂੰ ਵਾਰ ਵਾਰ ਦੱਸਦਾ ਤਾਂ ਜੋ ਜਿਹੜਾ ਉੱਪਰ ਵਾਲੇ ਲੜ ਹੁੰਦੇ ਆ ਪਿੱਛੇ ਬੈਕ ਸਾਈਡ ਤੋਂ ਦਿਖਦੇ ਨੇ ਉਹ ਮੋਟੇ ਆ ਸਕਣ। ਪਹਿਲੀ ਕੰਨੀ ਉੱਤੇ, ਦੂਈ ਥੱਲੇ ਤਾਰ ਲੈਣੀ ਆ ਜੀ। ਇੱਦਾਂ ਵੀ ਸਫਾਈ ਕਰਨ ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ। ਨਾਲ ਦੀ ਨਾਲ ਆਪਣੇ ਹੱਥਾਂ ਦੀ ਮਦਦ ਨਾਲ ਵੀ ਸਫਾਈ ਕਰ ਦੇਣੀ ਹੈ, ਅਤੇ ਆਵਾਜ਼ ਦੀ ਵਰਤੋਂ ਵੀ ਨਾਲ ਦੀ ਨਾਲ ਹੀ ਕਰਨੀ ਹੈ ਜੀ। ਫਿਰ ਆਪਾਂ ਨੇ ਇੱਕ ਉਂਗਲ ਥੱਲੇ ਲੈ ਕੇ ਆਉਣਾ ਜੀ। ਇਹ ਜਸਟ ਤੁਹਾਨੂੰ ਦਿਖਾਉਣ ਲਈ ਉਹ ਬਸ ਵੀਡੀਓ ਦਾ ਪਿੱਛੇ ਤੋਂ ਟੋਰੀਅਲ ਮਾੜਾ ਮੋਟਾ ਬਣਾਇਆ ਗਿਆ, ਸੋ ਇਸ ਦੇ ਉੱਤੇ ਤੁਹਾਨੂੰ ਸਪੈਸ਼ਲ ਟੋਰੀਅਲ ਬਣਾ ਕੇ ਦਿਖਾਇਆ ਜਾਊਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੰਨੀ ਨੂੰ ਆਪਾਂ ਡਾਇਰੈਕਟ ਲਾ ਰਹੇ ਹਾਂ ਤਾਂ ਜੋ ਆਪਣੇ ਘੱਟ ਜਿਹੜੇ ਵੱਟ ਬਣਨਗੇ ਇਹਦੇ, ਕਿਉਂਕਿ ਇਸ ਕੰਨੀ ਨੂੰ ਆਪਾਂ ਨੇ ਖੋਲ੍ਹ ਕੇ ਲਾਉਣਾ ਹੁੰਦਾ ਤਾਂ ਜੋ ਆਪਣੀ ਪੱਗ ਦੀ ਸ਼ੇਪ ਬਣ ਸਕੇ। ਪਹਿਲੇ ਤਿੰਨ ਕੰਨੀਆਂ ਦੇ ਆਪਾਂ ਜਿਵੇਂ ਤੁਹਾਨੂੰ ਵੱਟ ਬਣਾਉਣੇ ਦੱਸੇ ਨੇ ਉੱਦਾਂ ਬਣਾਉਣੇ ਨੇ, ਸੋ ਇਸ ਕੰਨੀ ਨੂੰ ਆਪਾਂ ਸਿੰਪਲ ਵੇ ਨਾਲ ਵੱਟ ਬਣਾ ਸਕਦੇ ਹਾਂ ਜਿੱਦਾਂ ਕਿ ਤੁਸੀਂ ਦੇਖਿਆ ਸੀ। ਪੱਗ ਨੂੰ ਦਬਾਉਣਾ ਵੀ ਹੈ ਅਤੇ ਨਾਲ ਦੇ 50 ਨੂੰ ਚੱਕ ਦੇਵਾਂਗੇ, ਕਿਉਂਕਿ ਆਪਾਂ 50 ਦਸਤਾਰ ਦੇ ਵਿੱਚ ਦਿਖਾਉਣੀ ਨਹੀਂ ਹੈ। 50 ਚੱਕ ਦਿੱਤੀ ਗਈ ਹੈ ਜੀ, 50 ਤਾਂ ਬੰਨੀ ਗਈ ਸੀ ਇਸ ਦਸਤਾਰ ਦੇ ਵਿੱਚ ਤਾਂ ਜੋ ਵੇਸ ਨੂੰ ਟਾਈਟ ਕੀਤਾ ਜਾ ਸਕੇ। ਫਿਰ ਆਪਾਂ ਇੱਧਰ ਲੜਾਂ ਨੂੰ ਚੱਕੀ ਜਾਵਾਂਗੇ ਪਿੱਛੇ ਤੋਂ ਨਾਲ ਦੀ ਨਾਲ ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ। ਸ਼ੇਪ ਬਣਾਉਣ ਲਈ ਇਸ ਕੰਨੀ ਨੂੰ ਵੀ ਪਹਿਲਾਂ ਵਾਲੀ ਕੰਨੀ ਵਾਂਗ ਲਾਉਣਾ, ਐਂਡਣੀਆਂ ਦੋ ਕੰਨੀਆਂ ਸੇਮ ਐਂ ਲਾਉਣੀਆਂ, ਐਂ ਇਕੱਠਾ ਕਰਕੇ ਜਿਹੜੇ ਵੱਟ ਬਣਦੇ ਆ ਬਣਾ ਕੇ ਆਪਾਂ ਲਾ ਦੇਣੇ ਨੇ। ਸੋ ਦਸਤਾਰ ਦੀ ਜਿਹੜੀ ਵੀਡੀਓ ਹੈ ਪੂਰੀ ਦੇਖੋ ਤਾਂ ਜੋ ਤੁਹਾਨੂੰ ਸਾਰੀ ਜਿਹੜੀ ਟਿਪਸ ਆ ਉਹ ਸਮਝ ਲੱਗ ਸਕੇ। ਜਿਨ੍ਹਾਂ ਵੀਰਾਂ ਦੀ ਉਰੇ ਆ ਕੇ ਪੂਣੀ ਖੁੱਲ੍ਹ ਜਾਂਦੀ ਆ ਉਹਦੇ ਵਿੱਚ ਵੀ ਅਸੀਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਆਪਾਂ ਨੇ ਪੂਣੀ ਸੈੱਟ ਕਰਨੀ ਆ। ਵੀਡੀਓ ਨੂੰ ਪੂਰੀ ਦੇਖੋ ਜੀ, ਆਵਾਜ਼ ਦੀ ਮਦਦ ਨਾਲ ਆਪਾਂ ਨਾਲ ਦੀਆਂ ਸਫਾਈ ਕਰੀ ਜਾਣੀ। ਉੱਤੇ ਵਾਲੇ ਲੜਨ ਦੀ ਜ਼ਿਆਦਾਤਰ ਸਫਾਈ ਰੱਖਣੀ ਆ, ਉੱਪਰੋਂ ਆਵਾਜ਼ ਮਾਰਨਾ, ਥੱਲੋਂ ਤਾਂ ਤੁਹਾਨੂੰ ਲੋੜ ਨਹੀਂ ਹੈ। ਜਿਵੇਂ ਤੁਹਾਨੂੰ ਤਰੀਕਾ ਦੱਸਿਆ ਗਿਆ ਇੱਦਾਂ ਵੱਟ ਬਣਾ ਲੈਣੇ ਆ। ਉੱਪਰ ਜਿਹੜੇ ਆਪਾਂ ਵੱਟ ਪਾਏ ਸੀ ਉੱਪਰ ਵਾਲੇ ਲੜਾਂ ਦੇ ਵਿੱਚ ਲੋੜ ਹੈ ਜੀ ਆਵਾਜ਼ ਦੀ, ਥੱਲੇ ਨਹੀਂ ਆਪਾਂ ਲੋੜ, ਉਰੇ ਆ ਚੀਜ਼ ਅਤੇ ਇੱਕ ਲੋੜ ਆਵਾਜ਼ ਦੀ, ਇਕੱਠੇ ਕਰਕੇ ਰੱਖਣਾ ਇਹਨਾਂ ਨੂੰ ਉਰੇ ਆਪਾਂ ਨੇ। ਅਗੱਠ ਨੂੰ ਖੋਲ੍ਹ ਲਵਾਂਗੇ ਅਤੇ ਫਿਰ ਆ ਸਾਰੀ ਕੰਨੀ ਨੂੰ ਇਸ ਪ੍ਰਕਾਰ ਖੋਲ੍ਹ ਲਵਾਂਗੇ। ਥੱਲੇ ਵਾਲੀ ਕੰਨੀ ਨੂੰ ਉੱਪਰ ਇਕੱਠੇ ਕਰਕੇ ਮੋਟਾ ਪਾਸਾ ਉੱਪਰ ਆਪਾਂ ਇਸ ਪ੍ਰਕਾਰ ਫੋਲਡ ਕਰ ਦੇਵਾਂਗੇ। ਇਸ ਤਰ੍ਹਾਂ ਆਪਣੀ ਜਿਹੜੀ ਪੂਣੀ ਖੁੱਲ੍ਹ ਜਾਂਦੀ ਆ ਸੈੱਟ ਹੋ ਜਾਊਗੀ। ਪਿੱਛੇ ਲਾ ਕੇ ਕੰਨੀ ਦੇ ਉਸੇ ਪ੍ਰਕਾਰ ਵੱਟ ਬਣਾਉਣੇ ਆ ਜਿਵੇਂ ਆਪਾਂ ਪਹਿਲਾਂ ਦੋ ਕੰਨੀਆਂ ਦੇ ਬਣਾ ਚੁੱਕੇ ਹਾਂ। ਪਹਿਲੀਆਂ ਤਿੰਨ ਕੰਨੀਆਂ ਦੇ ਆਪਾਂ ਨੇ ਵੱਧ ਤੋਂ ਵੱਧ ਵੱਟ ਬਣਾਉਣੇ ਆ, ਅਤੇ ਐਂਡ ਵਾਲੀਆਂ ਕੰਨੀਆਂ ਨੂੰ ਸ਼ੇਪ 'ਚ ਰੱਖਣ ਲਈ ਪੱਗ ਨੂੰ ਆਪਾਂ ਨੇ ਸਿੰਪਲ ਤਰੀਕੇ ਨਾਲ ਵੱਟ ਪਾਉਣੇ ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ। ਜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਵੀਰਾਂ ਨੂੰ ਬੇਨਤੀ ਆ ਵੀ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣ ਤਾਂ ਜੋ ਅਸੀਂ ਅਗਲੀਆਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ। ਸੋ ਵੀਰੇ ਯੂਟਿਊਬ 'ਤੇ ਨਵਾਂ ਨਵਾਂ ਚੈਨਲ ਆ ਜੀ, ਸੋ ਵੀਰਾਂ ਨੂੰ ਬੇਨਤੀ ਆ ਸਪੋਰਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ।
ਜੇ ਕਿਤੇ ਅਸੀਂ ਗਲਤੀ ਕਰਦੇ ਹਾਂ ਤਾਂ ਸਾਨੂੰ ਦੱਸੋ ਤਾਂ ਜੋ ਅਸੀਂ ਉਹਨਾਂ ਗਲਤੀਆਂ ਨੂੰ ਸੁਧਾਰ ਸਕੀਏ। ਬਾਜ਼ ਦੀ ਵਰਤੋਂ ਨਾਲ ਦੀ ਨਾਲ ਕਰਨੀ ਆ ਜੀ, ਅਤੇ ਸ਼ੇਪ ਨੂੰ ਬਣਾਉਣ ਲਈ ਨਾਲ ਦੀ ਨਾਲ ਦਸਤਾਰ ਨੂੰ ਦੱਬੀ ਜਾਣਾ, ਪਿੱਛੇ ਨਾਲ ਜਿਹੜੇ ਗਏ ਆ ਉਹਨਾਂ ਨੂੰ ਕੱਢ ਲੈਣਾ ਉਰੇ, ਠੀਕ ਆ ਜੀ। ਜਿਹੜੇ ਵੀਰ ਕਹਿੰਦੇ ਨੇ ਸਾਡੇ ਆਖਰੀ ਲੜ ਦੇ ਵਿੱਚ ਬੱਟ ਨਹੀਂ ਬਣਦੇ, ਅਸੀਂ ਉਹਨਾਂ ਨੂੰ ਵੀ ਬੱਟ ਬਣਾਉਣੇ ਦੱਸਾਂਗੇ ਕਿਵੇਂ ਬਣਨੇ ਆ। ਕਈ ਵੀਰ ਕਰਦੇ ਆ ਵੀ ਜਿਹੜੇ ਆਹ ਲੜ ਖੋਲਦੇ ਆ ਦੋਨਾਂ ਨੂੰ ਐਂ ਇਕੱਠੇ ਐਂ ਕਰਕੇ ਲਾ ਦਿੰਦੇ ਆ, ਪਰ ਇਹਨੂੰ ਇਕੱਠਾ ਨਹੀਂ ਕਰਨਾ ਹੈ, ਉੱਪਰੋਂ ਹੀ ਖਲਕਾ ਜਿਹਾ ਫੋਲਡ ਕਰਨਾ, ਥੱਲੇ ਫੋਲਡ, ਗੱਬੇ ਜਾਣੀ ਕਿ ਸਪੇਸ ਰੱਖਣੀ ਆ ਥੋੜ੍ਹੀ ਜਿਹੀ ਘੱਟ, ਵੱਧ ਤੋਂ ਵੱਧ ਜਿੰਨੀ ਗੱਬੇ ਸਪੇਸ ਹੋਊਗੀ ਉਹਨੇ ਥੋੜ੍ਹੇ ਬੱਟ ਜ਼ਿਆਦਾ ਬੰਨ ਗਏ ਇੱਧਰ ਲੜ ਦੇ ਵਿੱਚ, ਇਹਨੂੰ ਚੱਕ ਲੈਣਾ ਉੱਪਰ ਦੀ ਲੜ ਨੂੰ ਆਪਣੇ ਦੂਏ ਹੱਥ ਦੀ ਖਿੱਚ ਨਾਲ ਸ਼ੇਪ ਦਿੰਦੇ ਹੋਏ ਆਪਾਂ ਇਸ ਨੂੰ ਸਿੱਧਾ ਲਾ ਦੇਣਾ, ਕਿਉਂਕਿ ਇਹ ਜਿਹੜੀ ਦਸਤਾਰ ਆ ਇਹ ਫ੍ਰੀ ਸਟਾਈਲ ਦਸਤਾਰ ਆ, ਇਹ ਆਪਾਂ ਕਾਹਲੀ ਕਾਹਲੀ ਦੇ ਵਿੱਚ ਵੀ ਬੰਨ ਸਕਦੇ ਹਾਂ। ਜਿਹੜੇ ਵੀਰਾਂ ਨੂੰ ਕੰਮ ਆ, ਨੌਕਰੀਆਂ ਵਾਲੇ ਨੇ ਜਾਂ ਸਕੂਲ ਪੜ੍ਹਦੇ ਨੇ, ਉਹ ਜ਼ਿਆਦਾਤਰ ਇਸ ਦਸਤਾਰ ਨੂੰ ਬੰਨਣਾ ਪਸੰਦ ਕਰਦੇ ਆ, ਕਿਉਂਕਿ ਇਸ ਦਸਤਾਰ ਪਰ ਬਹੁਤ ਘੱਟ ਸਮਾਂ ਲੱਗਦਾ, ਅਤੇ ਮੇਨ ਵੀ ਸ਼ੇਪ ਆ ਜੀ, ਸ਼ੇਪ ਤੁਸੀਂ ਦੇਖ ਸਕਦੇ ਹੋ, ਨੁੱਪੀ ਮੂੰਹ ਦੇ ਵਿੱਚੋਂ ਬਾਹਰ ਕੱਢ ਦੇਵਾਂਗੇ, ਬਾਜ਼ ਦੀ ਮਦਦ ਨਾਲ ਇਹਨੂੰ ਸ਼ੇਪ 'ਚ ਕਰਾਂਗੇ। ਨਾਲ ਦੀ ਨਾਲ ਸਫਾਈ ਕਰਾਂਗੇ, ਅਤੇ ਫਿਰ ਆਪਾਂ ਬਾਅਦ ਵਿੱਚ ਪੱਗ ਜਿਹੜੀ ਅੱਖ ਪਰ ਜ਼ਿਆਦਾ ਹੈ ਉਹਨੂੰ ਬਾਜ਼ ਦੀ ਮਦਦ ਨਾਲ ਚੱਕ ਲਵਾਂਗੇ, ਉੱਪਰੋਂ ਲੁੱਪੀ ਕੱਢ ਕੇ ਆਪਾਂ ਸਫਾਈ ਕਰਾਂਗੇ, ਲੁੱਪੀ ਕੱਢ ਲੈਣੀ ਆ ਜੀ ਤਾਂ ਜੋ ਆਪਾਂ ਫਿਰ ਢੱਕ ਸਕੀਏ। ਇਸ ਪ੍ਰਕਾਰ ਉੱਪਰ ਵਾਲੀ ਲੁੱਪੀ ਕੱਢ ਲੈਣੀ ਆ ਪਹਿਲੀ, ਉਰੇ ਹੱਥ ਮਾਰ ਲੈਣਾ ਸ਼ੇਪ ਦੇਣ ਲਈ, ਇਸ ਪ੍ਰਕਾਰ ਬਾਜ਼ ਦੀ ਮਦਦ ਨਾਲ ਇਸ ਲੜ ਵਿੱਚ ਵੀ ਬਾਜ਼ ਇੱਕ ਵਾਰੀ ਮਾਰ ਲੈਣਾ ਤਾਂ ਜੋ ਇਹ ਸਿੱਧਾ ਡਾਇਰੈਕਸ਼ਨ ਦੇ ਵਿੱਚ ਜਾਵੇ। ਇਹ ਜਿਹੜੀ ਦਸਤਾਰ ਆ ਇਹ ਦਸਤਾਰ ਫ੍ਰੀ ਸਟਾਈਲ ਦਸਤਾਰ ਆ ਜੀ, ਜਿਹੜੀ ਆਪਾਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਬੰਨ ਸਕਦੇ ਹਾਂ। ਸੋ ਵੀਡੀਓ ਇਸ ਲਈ ਲੰਬੀ ਬਣਾਈ ਗਈ ਆ ਤਾਂ ਜੋ ਤੁਹਾਨੂੰ ਸਾਰੀ ਤਸੱਲੀ ਬਖਸ਼ ਸਮਝ ਆ ਜਾਵੇ। ਸਾਰੇ ਫਿਰ ਨੂੰ ਕਵਰ ਕਰਦੇ ਹੋਏ ਆਪਾਂ ਲੁੱਪੀ ਲਾਵਾਂਗੇ ਜੀ। ਸੋ ਜਿਹੜੇ ਵੀ ਚੈਨਲ 'ਤੇ ਨਵੇਂ ਨੇ ਉਹ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣ, ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂ ਜੋ ਅਸੀਂ ਅੱਗੇ ਤੋਂ ਤੁਹਾਡੇ ਲਈ ਹੋਰ ਵਧੀਆ ਵੀਡੀਓ ਬਣਾ ਸਕੀਏ। ਜੋ ਵੀ ਅਸੀਂ ਗਲਤੀ ਕਰਦੇ ਹਾਂ ਸਾਨੂੰ ਕਮੈਂਟ ਕਰਕੇ ਦੱਸੋ, ਲੁੱਪੀ ਲਾ ਦਾਂਗੇ, ਠੀਕ ਆ ਜੀ। ਜੋ ਇਸ ਦਸਤਾਰ ਦੀ ਸਾਡੀ ਗਲਤੀ ਹੋਈ ਆ ਸੋ ਕਮੈਂਟ ਕਰਕੇ ਦੱਸਣਾ ਨਾ ਭੁੱਲੇ, ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਤਾਂ ਜੋ ਅਸੀਂ ਅੱਗੇ ਤੋਂ ਵਧੀਆ ਵਧੀਆ ਵੀਡੀਓ ਬਣਾ ਸਕੀਏ। ਸਬਸਕ੍ਰਾਈਬ ਕਰੋ ਸਾਡੇ ਯੂਟਿਊਬ ਚੈਨਲ ਨੂੰ ਅਤੇ ਇਸ ਘੰਟੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ।